प्रकाश जी और सुरेंद्र जी, असं बड़ी देर तो थोड़े इंतजार के कि रूह खुश हुई है थानू इतने सामने रूप रू बैठे देख दिया नू। तो एक भी होई सानू ज़्यादा बहुत होई है। बहुत ही ज़्यादा चंगे आर्टिस्ट इतने बैठे ने पता ही नहीं सी। सानू इना जाने तुहाडियां जिंदगियां दा एक किस्म दी पहेलियां सी साडे वास्ते बनी हुई है, लेकिन इस वेले तुसीं मेरे सामने बैठे हो। सब तो पहला तुहानू कित्थों शौक इस चीज़ का होया म्यूजिक का? जी शुरू शुरू तो शौक जो लेडी संगीत कहा जाता है, जो शादियां लेकिन असि बाज नहीं सी आए। बाकी तुहाडे मां बाप दा कोई शौक सी म्यूजिक? बिल्कुल गाँव नहीं बिल्कुल। प्रकाश जी और सुरेंद्र जी, असीं दस नहीं सकते भी किन्नी तुसीं पंजाबी साहित दी, पंजाबी संगीत दी सेवा हुण ताईं कीती है। असीं आ तुहाडे रिकॉर्ड ही कढ के उहनां दी पाल ला ली है ते गिणे ना जाण। तुहाडे जे जिहड़े बैठे होए ने सामणे दा वधिया गाउण वाले ददार जी प्रकाश हरी, प्रकाश हरी गाउंदे हुंदे सन। इहनां नूं वेख वेख के मैं बहुत छोटी सन, विआह बहुत अर्ली हो गया सी, बहुत छोटे सन ते इहनां नूं सुण सुण के फिर मैं जरा कु असर ते हुंदा ना घर च गाउण लगे ने पहले, फिर उस तों बाद रेडियो तों शुरू कर दित्ता शौक नाल। और ਤੁਸੀਂ ਪਹਿਲਾਂ ਰੇਡੀਓ ਕਿਹੜੇ ਤੋਂ ਜਾਣੇ? ਜਲੰਧਰ ਰੇਡੀਓ ਤੋਂ? ਨਹੀਂ ਨਹੀਂ ਦਿੱਲੀ। ਪ੍ਰਕਾਸ਼ ਭਾਈ ਨੇ ਪਹਿਲੇ ਲਾਹੌਰ ਸ਼ਾਹ ਜੀ ਲਾਹੌਰ, ਮੇਰਾ ਪਹਿਲਾ ਪ੍ਰੋਗਰਾਮ ਪਸ਼ਾਵਰ ਸੀ, ਮੈਂ ਇਹਨਾਂ ਕੋਲ ਗਈ ਸਾਂ ਪ੍ਰਕਾਸ਼ ਰਾਮ ਜੀ ਆ, ਉੱਥੇ ਪਹਿਲਾ ਪ੍ਰੋਗਰਾਮ ਪਸ਼ਾਵਰ ਕੀਤਾ। ਸਭ ਤੋਂ ਪਹਿਲੀ ਤੁਹਾਡੀ ਰਿਕਾਰਡਿੰਗ ਕਿਹੜੀ ਹੋਈ ਹੈ ਜਿਹੜੀ ਡਿਸਕ ਰਿਕਾਰਡਿੰਗ? ਮਾਵਾਂ ਤੇ ਧੀਆਂ ਦੋਸਤ, ਮਾਵਾਂ ਤੇ ਧੀਆਂ ਸੜਕੇ ਸੜਕੇ ਜਾਂਦੀ ਹੈ ਮੈਂ ਪਿਆ ਰਿਹਾ ਉਹ ਨਹੀਂ, ਸਭ ਤੋਂ ਪਹਿਲਾਂ ਮਾਵਾਂ ਤੇ ਧੀਆਂ, ਮਾਵਾਂ ਤੇ ਧੀਆਂ ਉਹਦੀ ਬੈਕ ਸਾਈਡ ਤੇ ਸੜਕੇ 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 ਜਾਂਦੀ। ਤੇ ਉਸ ਦੇ ਵਿੱਚ ਜਿਹੜਾ ਕਿ ਨਾ ਸਾਜ਼ ਵਜਾਇਆ ਗਿਆ ਮਾਵਾਂ ਤੇ ਧੀਆਂ ਔਰ ਸੜਕੇ ਸੜਕੇ ਚ, ਉਹ ਕੀ ਸੀ? ਮਾਸਟਰ ਮਾਸਟਰ ਸੁਣਾਇਆ ਤੋ ਸਨ, ਮੇਰੇ ਉਹ ਉਸਤਾਦ ਨੇ, ਮੈਂ ਉਹਨਾਂ ਕੋਲੋਂ ਸਿੱਖੀ ਆ, ਉਹਨਾਂ ਦਾ ਹੀ ਮਿਊਜ਼ਿਕ ਹੈ। ਅਨਾਇਤ ਹਸਨ ਮਾਸਟਰ ਲਾਹੌਰ ਰਹਿੰਦੇ ਨੇ ਜੀ, ਲਾਹੌਰ ਨਹੀਂ ਨਹੀਂ ਬੜੇ ਗੁਲਾਮ ਅਲੀ ਖਾਨ ਉਹਨਾਂ ਦਾ ਉਹਨਾਂ ਦੇ ਭਤੀਜੇ ਨੇ, ਵੱਡੇ ਗੁਲਾਮ ਅਲੀ ਦੇ जी और सुरेंद्र जी, ਤੁਸੀਂ ਦੋਨੇ ਹੀ ਸ਼ਾਦੀਸ਼ੁਦਾ ਹੋ? ਬਿਲਕੁਲ। ਔਰ ਬੱਚੇ? ਬਾਲ ਬੱਚੇਦਾਰ ਹਾਂ। ਹੁਣ ਗਾਂ ਕੋਈ ਨਵੇਂ ਰਿਕਾਰਡ ਤੁਸੀਂ ਰਿਕਾਰਡਿੰਗ ਕਰਿਆ ਕਰਵਾਉਂਦੇ ਨੇ? ਸਾਲ ਇੱਕ ਸਾਡੇ ਸੈਸ਼ਨ ਹੁੰਦੇ ਨੇ ਦਿੱਲੀ ਜੀ, ਦੋ ਵਾਰੀ ਇਸ ਮਾਸਟਰ ਵਾਇਸ ਤੇ, ਦੋਵੇਂ ਵਾਰੀ ਤੇ ਜਦੋਂ ਸਾਰੇ ਸੈਸ਼ਨ ਹੋਏ ਨੈਸ਼ਨਲੀ ਗਾਣ ਹੋ ਗਏ। ਉਹਨਾਂ ਨੂੰ ਬੁਕਿੰਗ ਕਰਾਣੀ ਪੈਂਦੀ ਪਹਿਲਾਂ? ਨਹੀਂ, ਉਹ ਸਾਡੇ ਉਹਨਾਂ ਦਾ ਆਲਰੇਡੀ ਹੁੰਦਾ ਹੈ ਤੇ ਸਾਨੂੰ ਅਪਰੋਚ ਕਰਦੇ ਨੇ ਰਿਕਾਰਡਿੰਗ ਵਾਸਤੇ, ਤੇ ਫਿਰ ਉਹ ਸੈਸ਼ਨ ਵਿੱਚ ਰਿਕਾਰਡਿੰਗ ਕਰੀਦੀ। ਸਾਡੀ ਬੁਕਿੰਗ ਦਾ ਸਵਾਲ ਨਹੀਂ, ਉਹਨਾਂ ਨੇ ਆਪਣਾ ਸਟੂਡੀਓ ਕਲਕੱਤਾ ਤੋਂ ਆਉਂਦੇ ਨੇ ਇੰਜੀਨੀਅਰ, ਰਿਕਾਰਡਿੰਗ ਕਰਨ ਵਾਸਤੇ ਇੰਜੀਨੀਅਰ ਜੀ। ਫਿਰ ਵੀ ਤੁਹਾਨੂੰ ਇਹ ਮੁਲਕ ਸਾਡਾ ਕਿਹੋ ਜਿਹਾ ਲੱਗਾ? ਬਹੁਤ ਅੱਛਾ ਮੁਲਕ ਲੱਗਾ, ਬਹੁਤ ਇੰਜੋਏ ਕੀਤਾ, ਔਰ ਸਭ ਤੋਂ ਵੱਡੀ ਖੁਸ਼ੀ ਹੋਈ ਹੈ ਤਨ ਸੁਣ ਕੇ, ਤੁਹਾਡਾ ਗਾਣਾ ਸੁਣ ਕੇ। ਅਸੀਂ ਉਮੀਦ ਨਹੀਂ ਸੀ ਕਰਦੇ ਕਿ ਅਫਰੀਕਾ 'ਚ ਕੋਈ ਇੰਨਾ ਵਧੀਆ ਗਾਣਾ ਗਾਉਣ ਵਾਲਾ ਵੀ ਲੱਭੇਗਾ ਆਪਣਾ। ਬਸ ਜੀ, ਬੜੀ ਨਵਾਜ਼ਿਸ਼ ਹੈ ਤੁਹਾਡੀ, ਬਹੁਤ ਸਵਾਦ ਆਇਆ ਸਾਨੂੰ ਮਿਲ ਕੇ। ਔਰ ਤੁਹਾਡਾ ਦੱਸਿਆ ਨਹੀਂ ਜਾ ਸਕਦਾ ਕਿ ਅਸੀਂ ਕਿਹੜੇ ਲਫ਼ਜ਼ ਬੋਲਦੇ ਹਾਂ। ਤੁਹਾਡੇ ਜਾਨੀ ਆਵਾਜ਼ਾਂ ਨੂੰ ਸੁਣ ਸੁਣ ਕੇ ਸਾਨੂੰ ਸ਼ੌਕ ਪੈਦਾ ਹੋਏ ਨੇ, ਇਹ ਤਾਂ ਗੱਲ ਕਿ ਅਸੀਂ ਮੈਂ ਬਹੁਤ ਬਣਾਏ ਨੇ ਸਾਨੂੰ ਇਹ ਆਪਣੇ ਗਾਣੇ ਦੀ ਜ਼ਰੂਰ ਦੇ ਦੇਣਾ ਤਾਂ ਕਿ ਹਾਂ ਇਹ ਨਾ ਭੁੱਲ ਜਾਣਾ, ਹਾਂ ਜ਼ਰੂਰ ਦੇਾਂਗੇ ਤਾਂ ਕਿ ਅਸੀਂ ਯਾਦ ਤੇ ਉਂਝ ਵੀ ਰਹਿਣੀ। ਬਸ ਇਹਨਾਂ ਹੈ ਵੀ ਤੁਸੀਂ ਆਪਣੇ ਦਿਲਾਂ ਵਿੱਚ ਯਾਦ ਸਾਡੀ ਨਾਲ, ਯਾਦ ਸਦਾ ਰਹਿਣੀ। ਫਿਰ ਆਰਟਿਸਟ ਦੀ ਯਾਦ ਹੈ ਸਾਨੂੰ ਨਾਲ ਪ੍ਰੈਜ਼ੈਂਟ ਦਿੱਤੇ ਨੇ, ਉਹ ਵੀ ਨਹੀਂ ਭੁਲਾਉਂਦੇ, ਨਹੀਂ ਭੁੱਲ ਸਕਦੇ ਜਿਹੜਾ ਸਾਨੂੰ ਪਿਆਰ ਦਿੱਤਾ ਤੁਹਾਡਾ। ਮਿਹਰਬਾਨੀ ਤੁਹਾਡੀ ਵੀ ਕਿ ਅਸੀਂ ਮਿਲੇ ਹਾਂ, ਰਲ ਕੇ ਬੈਠੇ ਹਾਂ।